ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ। ਅੱਜ ਬਣਾਵਾਂਗੇ ਆਪਾਂ ਬਹੁਤ ਜ਼ਰਾ ਟੇਸਟੀ ਸਬਜ਼ੀਆਂ ਨਾਲ ਭਰਪੂਰ ਨਮਕੀਨ ਚਾਵਲ ਦੀ ਰੈਸਪੀ। ਨਮਕੀਨ ਚਾਵਲ ਘਰ ਵਿੱਚ ਹਮੇਸ਼ਾ ਬਣਦੇ ਹੀ ਰਹਿੰਦੇ ਹਨ, ਤੁਸੀਂ ਬਹੁਤ ਤਰੀਕਿਆਂ ਨਾਲ ਨਮਕੀਨ ਚਾਵਲ ਬਣਾਏ ਹੋਣਗੇ, ਪਰ ਜਿਹੜੇ ਤਰੀਕੇ ਨਾਲ ਤਾਂ ਮੈਂ ਦੱਸਾਂਗੀ, ਤੁਸੀਂ ਇਸ ਤਰੀਕੇ ਨਾਲ ਕਦੇ ਵੀ ਨਮਕੀਨ ਚਾਵਲ ਨਹੀਂ ਬਣਾਏ ਹੋਣਗੇ। ਬਹੁਤ ਜ਼ਿਆਦਾ ਹੈਲਦੀ ਅਤੇ ਬਹੁਤ ਜ਼ਿਆਦਾ ਟੇਸਟੀ ਇਹ ਨਮਕੀਨ ਚਾਵਲ ਬਣ ਕੇ ਤਿਆਰ ਹੁੰਦੇ ਹਨ। ਅਤੇ ਨਮਕੀਨ ਚਾਵਲ ਵਿੱਚ ਆਪਾਂ ਖੂਬ ਸਾਰੀਆਂ ਸਬਜ਼ੀਆਂ ਪਾਵਾਂਗੇ, ਨਾਲੇ ਆਪਾਂ ਇਹਦੇ ਵਿੱਚ ਸੋਇਆ ਚੰਕਸ ਪਾ ਕੇ ਤਿਆਰ ਕਰਾਂਗੇ। ਜੇਕਰ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਆਈਕਨ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਆਓ ਨਮਕੀਨ ਚਾਵਲ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ। ਨਮਕੀਨ ਚਾਵਲ ਆਪਾਂ ਬਹੁਤ ਹੈਲਦੀ ਤਰੀਕੇ ਨਾਲ ਬਣਾ ਰਹੇ ਹਾਂ, ਇਸ ਕਰਕੇ ਇਹਦੇ ਵਿੱਚ ਪਾਵਾਂਗੇ ਆਪਾਂ ਸੋਇਆ ਚੰਕਸ 1 ਕੱਪ, ਯਾਨੀ ਕਿ ਨਿਊਟਰੀ 70 ਗ੍ਰਾਮ ਦੇ ਕਰੀਬ ਇਹ ਨਿਊਟਰੀ ਹੈ। ਇਹਨੂੰ ਇੱਕ ਵੱਡੇ ਬਾਊਲ ਵਿੱਚ ਪਾ ਕੇ ਇਹਦੇ ਵਿੱਚ ਆਪਾਂ ਕੋਸਾ ਜਾਂ ਫਿਰ ਠੰਡਾ ਪਾਣੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ, ਜਾਂ ਫਿਰ ਤੁਸੀਂ ਗਰਮ ਪਾਣੀ ਵੀ ਇਹਦੇ ਵਿੱਚ ਪਾ ਸਕਦੇ ਹੋ। ਅਤੇ ਇਹਨੂੰ ਆਪਾਂ ਇਸ ਤਰ੍ਹਾਂ ਸੋਕ ਕਰਕੇ ਰੱਖ ਦੇਵਾਂਗੇ ਕੁਝ ਦੇਰ ਵਾਸਤੇ ਤਾਂ ਕਿ ਇਹ ਸੌਫਟ ਹੋ ਜਾਵੇ। ਅਤੇ ਕੁਝ ਦੇਰ ਆਪਾਂ ਇਹਨੂੰ ਟੱਕ ਕੇ ਇਸੇ ਤਰ੍ਹਾਂ ਪਈ ਰਹਿਣ ਦੇਵਾਂਗੇ। ਇੱਕ ਮੈਂ ਚਾਵਲ ਦਾ ਗਲਾਸ ਲਿਆ ਹੈ, ਤੁਸੀਂ ਚਾਵਲਾਂ ਨੂੰ ਕੱਪ ਜਾਂ ਫਿਰ ਬਾਊਲ ਨਾਲ ਵੀ ਮੇਜ਼ਰਮੈਂਟ ਕਰ ਸਕਦੇ ਹੋ। ਅਤੇ ਚਾਵਲਾਂ ਨੂੰ ਮੈਂ ਇੱਕ ਵੱਡੇ ਬਾਊਲ ਵਿੱਚ ਪਾ ਦਿੱਤਾ ਹੈ। ਚਾਵਲਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ। ਚਾਵਲ ਹੁਣ ਮੈਂ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲਏ ਹਨ, 3 ਤੋਂ 4 ਵਾਰੀ ਮੈਂ ਇਹਨਾਂ ਨੂੰ ਵਾਸ਼ ਕੀਤਾ ਹੈ। ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦੇਵਾਂਗੇ ਅਤੇ ਆਪਾਂ ਚਾਵਲਾਂ ਨੂੰ 15 ਤੋਂ 20 ਮਿੰਟ ਵਾਸਤੇ ਇਸੇ ਤਰ੍ਹਾਂ ਭਿਉਂ ਕੇ ਰੱਖ ਦੇਵਾਂਗੇ। ਹੁਣ ਇੱਥੇ ਮੈਂ ਕੁਝ ਸਬਜ਼ੀਆਂ ਲਈਆਂ ਹਨ, 2 ਗਾਜਰਾਂ ਨੂੰ ਮੈਂ ਇਸ ਤਰੀਕੇ ਨਾਲ ਕੱਟ ਕੇ ਰੱਖ ਲਿਆ ਹੈ। ਗਰਮੀ ਦਾ ਮੌਸਮ ਹੈ, ਗਾਜਰਾਂ ਇਸ ਤਰ੍ਹਾਂ ਦੀਆਂ ਹੀ ਮਿਲ ਰਹੀਆਂ ਹਨ। 1/2 ਕੱਪ ਮਟਰ ਲਏ ਹਨ, ਯਾਨੀ ਕਿ 150 ਗ੍ਰਾਮ ਦੇ ਕਰੀਬ ਮਟਰ ਹਨ। 1 ਆਲੂ ਮੈਂ ਨੋਰਮਲ ਦੇ ਸਾਈਜ਼ ਵਿੱਚ ਕੱਟ ਕੇ ਰੱਖ ਲਿਆ ਹੈ। ਅਤੇ 5 ਤੋਂ 6 ਫਰੈਂਚ ਬੀਨਸ ਯਾਨੀ ਕਿ ਫਲੀਆਂ ਨੂੰ ਮੈਂ ਇਸ ਤਰੀਕੇ ਨਾਲ 1-1 ਇੰਚ ਦੇ ਪੀਸ ਵਿੱਚ ਕੱਟ ਕੇ ਰੱਖ ਲਿਆ ਹੈ। ਤੁਸੀਂ ਚਾਵਲਾਂ ਵਿੱਚ ਗੋਭੀ ਵੀ ਪਾ ਸਕਦੇ ਹੋ, ਤੁਸੀਂ ਆਪਣੀ ਮਨਪਸੰਦ ਦੀ ਕੋਈ ਵੀ ਸਬਜ਼ੀ ਇਹਨਾਂ ਵਿੱਚ ਪਾ ਸਕਦੇ ਹੋ। ਤੜਕੇ ਵਾਸਤੇ ਮੈਂ 2 ਪਿਆਜ਼ ਲਏ ਹਨ, ਪਿਆਜ਼ ਨੂੰ ਮੈਂ ਇਸ ਤਰੀਕੇ ਨਾਲ ਲੰਬਾ ਲੰਬਾ ਅਤੇ ਪਤਲਾ ਪਤਲਾ ਕੱਟ ਲਿਆ ਹੈ। 2 ਟਮਾਟਰ ਮੈਂ ਇਸ ਤਰ੍ਹਾਂ ਰਫਲੀ 'ਚ ਕੱਟ ਲਏ ਹਨ ਅਤੇ 1 ਹਰੀ ਮਿਰਚ ਨੂੰ ਮੈਂ ਲੰਬਾ ਕੱਟ ਲਿਆ ਹੈ, ਤੁਸੀਂ ਮਿਰਚ ਆਪਣੇ ਹਿਸਾਬ ਨਾਲ ਲੈ ਸਕਦੇ ਹੋ। ਅਦਰਕ ਅਤੇ ਲਸਣ ਨੂੰ ਮੈਂ ਇਸ ਤਰੀਕੇ ਨਾਲ ਬਿਲਕੁਲ ਬਰੀਕ ਜਿਹੜਾ ਹੈ ਚੌਪ ਕਰ ਲਿਆ ਹੈ। ਅਤੇ ਹੁਣ ਆਪਾਂ ਚਾਵਲ ਬਣਾਉਣ ਦੀ ਤਿਆਰੀ ਕਰਦੇ ਹਾਂ। ਚਾਵਲ ਅੱਜ ਆਪਾਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ। ਪ੍ਰੈਸ਼ਰ ਕੁੱਕਰ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ, 3 ਤੋਂ 4 ਚਮਚ ਦੇਸੀ ਘਿਓ ਦੇ ਪਾਏ ਹਨ। ਚਾਵਲ ਤੁਸੀਂ ਆਪਣੀ ਮਨਪਸੰਦ ਦੇ ਕਿਸੇ ਵੀ ਤੇਲ ਵਿੱਚ ਬਣਾ ਸਕਦੇ ਹੋ। ਅਤੇ ਘਿਓ ਇੱਥੇ ਹਲਕਾ ਜਿਹਾ ਗਰਮ ਹੋ ਗਿਆ ਹੈ, ਇਹਦੇ ਵਿੱਚ ਆਪਾਂ ਕੁਝ ਮਸਾਲੇ ਪਾਵਾਂਗੇ। 1/2 ਚਮਚ ਪਾਵਾਂਗੇ ਜੀਰਾ, 2 ਛੋਟੀਆਂ ਇਲਾਚੀਆਂ, 2 ਲੌਂਗ, 1 ਛੋਟੀ ਟੁਕੜੀ ਆਪਾਂ ਦਾਲਚੀਨੀ ਦੇ ਲਈ ਹੈ, 2 ਆਪਾਂ ਤੇਜ ਪੱਤਾ ਲਏ ਹਨ। ਅਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਜਿਹੜਾ ਹੈ ਇਸ ਤਰੀਕੇ ਨਾਲ ਫਰਾਈ ਕਰ ਲਵਾਂਗੇ। ਹੁਣ ਇਹਦੇ ਵਿੱਚ 2 ਚਮਚ ਬਰੀਕ ਕੁੱਟਿਆ ਹੋਇਆ ਅਦਰਕ ਲਸਣ ਪਾਵਾਂਗੇ, ਜਾਂ ਫਿਰ ਤੁਸੀਂ ਇਹਨੂੰ ਬਿਲਕੁਲ ਬਰੀਕ ਕੱਟ ਕੇ ਵੀ ਪਾ ਸਕਦੇ ਹੋ। ਅਤੇ ਆਪਾਂ ਇਹਨਾਂ ਨੂੰ ਜਿਹੜਾ ਹੈ ਹਲਕਾ ਜਿਹਾ ਗੋਲਡਨ ਹੋਣ ਤੱਕ ਫਰਾਈ ਕਰ ਲਵਾਂਗੇ। ਅਦਰਕ ਲਸਣ ਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਲਿਆ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟੇ ਹੋਏ ਪਿਆਜ਼। ਪਿਆਜ਼ ਮੈਂ ਇਸ ਤਰੀਕੇ ਨਾਲ ਲੰਬੇ ਅਤੇ ਪਤਲੇ ਕੱਟ ਲਏ ਹਨ। ਅਤੇ ਪਿਆਜ਼ ਨੂੰ ਆਪਾਂ ਗੋਲਡਨ ਹੋਣ ਤੱਕ ਫਰਾਈ ਕਰਨਾ ਹੈ। ਪਿਆਜ਼ ਆਪਾਂ ਕੱਚਾ ਬਿਲਕੁਲ ਨਹੀਂ ਰੱਖਣਾ ਅਤੇ ਲਗਾਤਾਰ ਆਪਾਂ ਹਿਲਾਉਂਦੇ ਹੋਏ ਪਿਆਜ਼ ਨੂੰ ਫਰਾਈ ਕਰ ਲਵਾਂਗੇ। ਪਿਆਜ਼ ਦਾ ਕਲਰ ਹਲਕਾ ਜਿਹਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ, ਹਲਕਾ ਜਿਹਾ ਆਪਾਂ ਇਹਨੂੰ ਹੋਰ ਫਰਾਈ ਕਰ ਲਵਾਂਗੇ। ਪਿਆਜ਼ ਨੂੰ ਆਪਾਂ ਲਗਾਤਾਰ ਇਸ ਤਰ੍ਹਾਂ ਪਕਾਇਆ ਹੈ, ਪਿਆਜ਼ ਦਾ ਕਲਰ ਜਿਹੜਾ ਹੁਣ ਗੋਲਡਨ ਹੋ ਗਿਆ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੋਇਆ ਚੰਕਸ ਜਿਹੜੇ ਆਪਾਂ ਭਿਉਂ ਕੇ ਰੱਖੇ ਸੀਗਾ, ਚੰਗੀ ਤਰ੍ਹਾਂ ਮੈਂ ਨਿਚੋੜ ਲਏ ਹਨ ਅਤੇ ਨਿਚੋੜ ਕੇ ਆਪਾਂ ਸੋਇਆ ਚੰਕਸ ਇਹਦੇ ਵਿੱਚ ਪਾ ਦਿੱਤੇ ਹਨ। ਅਤੇ ਮੈਂ ਇਹਦੇ ਵਿੱਚ ਪਾਵਾਂਗੀ ਸਵਾਦ ਅਨੁਸਾਰ ਨਮਕ, ਇੱਥੇ ਮੈਂ 1 ਚਮਚ ਨਮਕ ਦਾ ਪਾਇਆ ਹੈ, ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਪਾ ਸਕਦੇ ਹੋ। ਅਤੇ ਜਿਹੜੇ ਸੋਇਆ ਚੰਕਸ ਹਨ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ 2-3 ਵਾਰੀ ਵਾਸ਼ ਕਰਕੇ ਚੰਗੀ ਤਰ੍ਹਾਂ ਮੈਂ ਇਹਨਾਂ ਨੂੰ ਨਿਚੋੜ ਕੇ ਇਹਦੇ ਵਿੱਚ ਪਾਇਆ ਹੈ। ਅਤੇ ਤੜਕੇ ਵਿੱਚ ਆਪਾਂ ਸੋਇਆ ਚੰਕਸ ਪਾ ਕੇ 4 ਤੋਂ 5 ਮਿੰਟ ਇਸੇ ਤਰੀਕੇ ਨਾਲ ਫਰਾਈ ਕਰਾਂਗੇ ਤਾਂ ਕਿ ਸੋਇਆ ਚੰਕਸ ਦਾ ਕੱਚਾਪਨ ਜਿਹੜਾ ਖਤਮ ਹੋ ਜਾਵੇ ਅਤੇ ਚੰਗੀ ਤਰ੍ਹਾਂ ਸਾਡੇ ਸੋਇਆ ਚੰਕਸ ਜਿਹੜੇ ਹਨ ਉਹ ਹਲਕੇ ਜਿਹੇ ਬਰਾਊਨ ਵੀ ਹੋ ਜਾਣਗੇ। ਜਿਹੜੇ ਲੋਕ ਨੋਨ ਵੈਜ ਨਹੀਂ ਖਾਂਦੇ ਉਹਨਾਂ ਵਾਸਤੇ ਸੋਇਆ ਚੰਕਸ ਖਾਣਾ ਬਹੁਤ ਵਧੀਆ ਹੈ, ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ, ਇਹ ਖਾਣੇ ਬਹੁਤ ਜ਼ਿਆਦਾ ਅੱਛੇ ਹੁੰਦੇ ਹਨ। ਸੋਇਆ ਚੰਕਸ ਨੂੰ ਮੈਂ 5 ਮਿੰਟ ਲਗਾਤਾਰ ਇਸ ਤਰੀਕੇ ਨਾਲ ਭੁੰਨ ਲਿਆ ਹੈ। ਸੋਇਆ ਚੰਕਸ ਜਿਹੜਾ ਹੈ ਇਹਦਾ ਜਿਹੜਾ ਕੱਚਾਪਨ ਵੀ ਖਤਮ ਹੋ ਗਿਆ ਹੈ। ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਜਿਹੜੇ ਆਪਾਂ ਕੱਟ ਕੇ ਰੱਖੇ ਸੀਗੇ, ਨਾਲ ਆਪਾਂ ਇਹਦੇ ਵਿੱਚ ਹਰੀ ਮਿਰਚ 1 ਕੱਟ ਕੇ ਪਾਈ ਹੈ। ਹਰੀ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ, ਮੈਂ ਇਹਦੇ ਵਿੱਚ ਸਿਰਫ 1 ਹਰੀ ਮਿਰਚ ਪਾਈ ਹੈ। ਅਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਲੇ ਫਰਾਈ ਕਰਾਂਗੇ। ਲਗਾਤਾਰ ਆਪਾਂ ਇਸੇ ਤਰੀਕੇ ਨਾਲ ਹਲੇ ਨੂੰ ਪਕਾਉਂਦੇ ਰਵਾਂਗੇ ਜਦੋਂ ਤੱਕ ਕਿ ਟਮਾਟਰ ਜਿਹੜੇ ਹਨ ਸੌਫਟ ਨਹੀਂ ਹੋ ਜਾਂਦੇ।
टमाटर पा के मैंने 3 से 4 मिनट इस तरीके ना पका लिया है। हुण आपां इहदे सारियां सब्जियां पावांगे। सब तो पहला इत्थे मैं मटर पाए हन, तो बाकी दे सब्जियां भी आपां नाल ही इत्थे पा देवांगे। तुसीं इत्थे गोभी भी पा सकते हो, पनीर भी पा सकते हो थोड़ा जिहा फ्राई करके। सब्जियां तुसीं इत्थे कोई भी पा सकते हो, जिन्नियां सब्जियां ज़्यादा पाओगे उन्ने ही साडे चावल हैल्दी बन के तैयार होणगे। तो सब्जियां पा के आप 2 से 3 मिनट इस तरीके नाल पकावांगे। तो गैस की फ्लेम आप इत्थे हाई रखांगे। सब्जियां मैं 2 से 3 मिनट इस तरीके ना पकाया है। सब्जियां इस तरीके ना पकाना बहुत ज़्यादा जरूरी है। हुण आप इहदे विच पावांगे चम्मच का चौथा हिस्सा गर्म मसाला, तो चम्मच का चौथा हिस्सा पावांगे आप धनिया पाउडर। इन्हों चावलों में आप बहुत ज़्यादा मसाले नहीं पावांगे, बस आप बहुत घट मसालों में यह चावल अज बना के तैयार करेंगे। तो बहुत ही हैल्दी चावल इस तरीके ना बन के तैयार होंगे। जेकर तुहानू स्पाइसी खाना पसंद है, तुसीं इत्थे थोड़ी जी लाल मिर्च का पाउडर भी पा सकते हो। तो हुण आपां इहदे विच पावांगे जिहड़े आपां चावल धो के रखे सीगे, सोक करके रखे सीगे। चावलों का सारा पानी जिहड़ा मैं कढ दित्ता है, इहनां विच बिल्कुल पानी नहीं होना चाहिए। हुण इह चावल आपां इहनां सब्जियां विच पा दित्ते हन। तो हुण आपां इहनूं हल्का जिहा इस तरह मिक्स करांगे। तो आपां इहनां नूं भी जिहड़ा है 2 मिनट जरूर पकावांगे। फ्लेम नूं इत्थे आपां मीडियम टू हाई रखांगे। तो आपां इस तरीके नाल इहनां नूं 2 मिनट पका लवांगे। हुण आपां इहदे विच पाणी पावांगे। इत्थे मैं पहला 1 गिलास पानी का पाया है, फिर इहदे विच 1/2 गिलास पानी का होर पावांगे। टोटल इत्थे मैं 1.5 गिलास पानी का पाया है। चावल का आपां 1 गिलास लिया सीगा, पानी का आपां 1.5 गिलास पाया है। चावल आपां भिओ के रखे सी, इस करके आपां 1.5 गिलास पानी का पाया है। जेकर तुसीं चावलों नूं सीधे ही बना रहे हो भिओण तों बिना, फिर तुसीं इत्थे 1.5-2 गिलास पानी दे पाओगे, तो सब्जियां अपने पानी नाल ही पक जांदियां हन। हुण इहदे विच पावांगे आपां 1 चम्मच देसी घिओ दा। देसी घिओ ना जिहड़ा साडे चावल हन बहुत वधिया फ्लेवरफुल बनते हैं, तो मॉइस्चर इहनां विच बनिया रहिंदा है, एक बहुत वधिया टेस्ट भी आउंदा है। थोड़ा जिहा बरीक कटिया होया हरा धनिया पावांगे। तुसीं इत्थे बरीक कट के पुदीना भी पा सकते हो, उहदे नाल फ्लेवर बहुत ज़्यादा वधिया आउंदा है। तो इहनां नूं आपां हल्का जिहा मिक्स कर देवांगे। हुण आपां इत्थे प्रैशर कुकर का ढक्कन लगा देवांगे, नाल ही आपां इहदी विसल भी लगा देवांगे। फ्लेम नूं आपां हाई रखांगे, तो हाई फ्लेम ते आपां 2 विसल आउण तक इहनां नूं पकावांगे। तुसीं देख सकते हो कि चावलों नूं 1 विसल आ गई है। तो हुण दूजी विसल भी आ गई है। हुण आपां इस तों ज़्यादा विसलां नहीं लगावांगे, नहीं तो साडे चावल बहुत ज़्यादा जिहड़े हन उह सॉफ्ट हो जाणगे। 2 विसल आउण तों बाद आपां गैस की फ्लेम बिल्कुल लो कर देवांगे। 2 मिनट आपां इस तरीके नाल लो फ्लेम ते पकावांगे। तो 2 मिनट बाद आपां गैस की फ्लेम बिल्कुल बंद कर देवांगे। तो आपां उदों तक चावलों नूं पै रहण देवांगे जदों तक कि इहनां दे अपने आप प्रैशर जिहड़ा है निकल नहीं जांदा। चावलों नूं पैण नूं हुण 20 मिनट हो चुके हन, अपने आप प्रैशर निकल चुका है। तुसीं देख सकते हो कि चावल किन्ने वधिया लग रहे हन, देखण च बहुत ज़्यादा खूबसूरत लग रहे हन। तो हुण आपां एक बार इहनां नूं इस तरीके नाल जिहड़ा है कड़छी नाल हिला के देखते हैं। देखो चावल किन्ने वधिया ते कल्ले कल्ले बन के तैयार होए हन। बहुत ही अच्छे चावल बने हन, बहुत ही हैल्दी बहुत ही टेस्टी चावल बन के तैयार होए हन। हुण आपां इह चावल जिहड़े हन प्लेट विच सर्व करांगे। तुसीं इहनां चावलों नूं किसी भी रायते नाल दही नाल खा सकते हो, बहुत ही मज़ेदार लगते हन। तुसीं इह चावल बच्चों टिफिन बॉक्स विच भी दे सकते हो। तुहानू मेरे अज के न्यूट्री वाले ते सब्जियां वाले चावल की रेसिपी किस तरह लगी मैनू कॉमेंट्स में जरूर दसना। तो मेरे चैनल यम तड़का पंजाबी कुकिंग नू जरूर सबसक्राइब करना। तो फिर मिलते हैं किसी इस तरह की होर टेस्टी तो डिलिशियस रेसिपी के नाल। उदों तक लई सत श्री अकाल।